ਗੌਰਮੈਂਟ ਟੀਚਰ ਹਾਂ। ਮੇਰੇ 8 ਸਾਲ ਤੋਂ ਗੋਡਿਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ। ਮੈਂ ਡਾਕਟਰ ਸਾਹਿਬ ਦਾ ਤਨਵੀਰ ਬਟਾਨੀ ਡਾਕਟਰ ਸਾਹਿਬ ਦਾ ਰਿਵਿਊ ਪੜ੍ਹੇ ਅਤੇ ਮੈਂ ਇਹਨਾਂ ਕੋਲ ਆਪਣੇ ਗੋਡੇ ਦਿਖਾਉਣ ਆਈ। ਮੇਰੇ ਗੋਡਿਆਂ ਦੀ ਹਾਲਤ ਬਿਲਕੁਲ ਖਤਮ ਸੀ, 4th ਸਟੇਜ ਵੀ ਪਾਰ ਕਰ ਚੁੱਕੀ ਸੀ, ਲੇਕਿਨ ਡਾਕਟਰ ਜੀ ਦੀ ਗੱਲਬਾਤ ਔਰ ਮੈਨੂੰ ਹੌਸਲਾ ਦੇਣ 'ਤੇ ਇੰਨਾ ਹੌਸਲਾ ਮਿਲਿਆ ਕਿ ਮੈਂ ਓਪਰੇਸ਼ਨ ਦਾ ਡਿਸੀਜ਼ਨ ਲੈ ਲਿਆ। ਔਰ ਅੱਜ ਮੇਰੇ ਓਪਰੇਸ਼ਨ ਨੂੰ ਸਿਰਫ 1.5 ਮਹੀਨਾ ਹੋਇਆ ਕਿ ਮੈਂ ਪਿਛਲੀ ਦਰਦ ਬਿਲਕੁਲ ਭੁੱਲ ਚੁੱਕੀ ਹਾਂ। ਮੈਂ ਰੋਬੋਟਿਕ ਸਰਜਰੀ ਕਰਵਾਈ ਆ ਔਰ ਮੈਂ ਘਰ ਦਾ ਹਰ ਕੰਮ ਕਰ ਰਹੀ ਹਾਂ। ਔਰ ਅੱਜ ਮੈਂ ਡਾਕਟਰ ਸਾਹਿਬ ਦਾ ਥੈਂਕਸ ਕਰਨ ਆਈ ਹਾਂ ਕਿ ਡਾਕਟਰ ਸਾਹਿਬ ਨੇ ਮੈਨੂੰ ਦੁਬਾਰਾ ਜ਼ਿੰਦਗੀ ਦੇ ਦਿੱਤੀ। ਈਵਾ ਹੌਸਪੀਟਲ ਖੂਬ ਤਰੱਕੀ ਕਰੇ, ਡਾਕਟਰ ਸਾਹਿਬ ਖੂਬ ਤਰੱਕੀ ਕਰਨ, ਇਹੀ ਮੈਂ ਪਰਮਾਤਮਾ ਅੱਗੇ ਦੁਆ ਕਰ। ਸਾਡੀਆਂ ਦੋਨਾਂ ਦੀਆਂ ਇਹੋ ਸ਼ੁਭਕਾਮਨਾਵਾਂ ਨੇ ਕਿ ਮੇਰੀ ਮਿਸਿਜ਼ ਇੰਨੀ ਤਕਲੀਫ ਦੇ ਵਿੱਚ ਸੀ ਪਿਛਲੇ 8 ਸਾਲ ਤੋਂ, ਅਤੇ ਜਿਸ ਤਰ੍ਹਾਂ ਅਸੀਂ ਡਾਕਟਰ ਸਾਹਿਬ ਨਾਲ ਕੰਸਲਟ ਕੀਤਾ, ਉਹਨਾਂ ਨੇ ਸਾਨੂੰ ਐਡਵਾਈਸ ਕੀਤਾ ਕਿ ਤੁਸੀਂ ਇਹ ਕਿ ਨੀ ਰਿਪਲੇਸਮੈਂਟ ਕਰਾਓ, ਔਰ ਇਹ ਨੀ ਰਿਪਲੇਸਮੈਂਟ ਹੋਇਆ ਔਰ ਇਹ 1.5 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈ ਕਿ ਬਿਲਕੁਲ ਜਿਹੜਾ ਹੈ ਕਿ ਫੁੱਲੀ ਫਿੱਟ ਹੈ, ਘਰ ਦਾ ਹਰ ਕੰਮ ਕਰਦੇ ਨੇ, ਕੋਈ ਕਿਸੇ ਕਿਸਮ ਦੀ ਸਾਨੂੰ ਕੋਈ ਦਿੱਕਤ ਨਹੀਂ ਹੈ। ਦੋਨਾਂ ਦੀਆਂ ਇਹੋ ਸ਼ੁਭਕਾਮਨਾਵਾਂ ਨੇ ਕਿ ਮੇਰੀ ਮਿਸਿਜ਼ ਇੰਨੀ ਤਕਲੀਫ ਦੇ ਵਿੱਚ ਸੀ ਪਿਛਲੇ 8 ਸਾਲ ਤੋਂ, ਅਤੇ ਜਿਸ ਤਰ੍ਹਾਂ ਅਸੀਂ ਡਾਕਟਰ ਸਾਹਿਬ ਨਾਲ ਕੰਸਲਟ ਕੀਤਾ, ਉਹਨਾਂ ਨੇ ਸਾਨੂੰ ਐਡਵਾਈਸ ਕੀਤਾ ਕਿ ਤੁਸੀਂ ਇਹ ਕਿ ਨੀ ਰਿਪਲੇਸਮੈਂਟ ਕਰਾਓ, ਔਰ ਇਹ ਨੀ ਰਿਪਲੇਸਮੈਂਟ ਹੋਇਆ ਔਰ ਇਹ 1.5 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈ ਕਿ ਬਿਲਕੁਲ ਜਿਹੜਾ ਹੈ ਕਿ ਫੁੱਲੀ ਫਿੱਟ ਹੈ, ਘਰ ਦਾ ਹਰ ਕੰਮ ਕਰਦੇ ਨੇ, ਕੋਈ ਕਿਸੇ ਕਿਸਮ ਦੀ ਸਾਨੂੰ ਕੋਈ ਦਿੱਕਤ। ਅੱਜ ਮੈਂ ਬਿਲਕੁਲ ਠੀਕ ਹਾਂ ਔਰ ਬਿਲਕੁਲ ਸਿੱਧੀ ਚੱਲ ਰਹੀ ਹਾਂ। ਪਹਿਲਾਂ ਮੈਂ ਲੰਗੜਾ ਕੇ ਚੱਲਦੀ ਸੀ ਔਰ ਮੈਨੂੰ ਕੋਈ ਕੱਪੜਾ ਪਾਉਣ 'ਚ ਵੀ ਬੜੀ ਹੈਜੀਟੇਸ਼ਨ ਹੁੰਦੀ ਸੀ ਕਿ ਮੈਂ ਕਿਸ ਤਰ੍ਹਾਂ ਪਾਵਾਂ, ਵੀ ਅੱਛਾ ਵੀ ਨਹੀਂ ਲੱਗਦਾ ਸੀ। ਹੁਣ ਮੈਂ ਬਿਲਕੁਲ ਸਿੱਧੀ ਇੱਕ ਨੋਰਮਲ ਚਾਲ ਚੱਲ ਰਹੀ ਹਾਂ, ਜਿਹਦੇ ਨਾਲ ਮੈਨੂੰ ਬੜੀ ਖੁਸ਼ੀ ਜਿਹੀ ਹੁੰਦੀ ਔਰ ਨਵੇਂ ਕੱਪੜਾ ਪਾਉਣ ਨੂੰ ਵੀ ਦਿਲ ਕਰਦਾ।